ਕਿਸੇ ਮੁੰਡੇ ਦੇ ਫਰੈਂਡ ਨੇ ਬਣਾਇਆ, ਉਹ ਮੁੰਡਾ ਕਿਹੜਾ ਜਿਹੜਾ ਤੁਹਾਡਾ ਇਹ ਬੁਆਏਫ੍ਰੈਂਡ ਮੈਂ ਕਹਾਂ ਜਾਂ ਫਰੈਂਡ? ਦਿਲ ਦੀਆਂ ਗੱਲਾਂ ਕਰਾਂਗੇ ਨਾਲ ਨਾਲ ਬਹਿ ਕੇ। ਹਾਂਜੀ ਸਰਦਾਰ ਜੀ, ਅੱਜ ਕਿੰਨੀ ਸੋਹਣੀ ਲੱਗਦੀ ਆ। ਬਸ ਕਰੋ, ਉਹ ਜਿੰਨੀ ਵਿਆਹ ਵੇਲੇ ਸੋਹਣੀ ਲੱਗਦੀ ਸੀ ਉਨੀ ਅੱਜ ਸੈਕਸੀ ਲੱਗਦੀ ਆ ਤੂੰ। ਜਿਹੜਾ ਤੁਸੀਂ ਮੈਨੂੰ ਡਾਲਰ ਦਿੱਤਾ ਸੀਗਾ ਸ਼ਾਪਿੰਗ ਵਾਸਤੇ, ਉਹਦੇ ਨਾਲ ਮੈਂ ਫੇਸ ਕਰੀਮ ਲੈ ਕੇ ਆਉਂਦੀ, ਤਾਂ ਹੀ ਅੱਜ ਮੇਰਾ ਮੂੰਹ ਨਿਖਰਿਆ ਵਾ। ਹੈ, ਤੂੰ ਚੋਰੀ ਕੀਤਾ ਮੇਰਾ ਡਾਲਰ? ਹਰਬੰਸ ਕੌਰ, ਮੈਂ ਤੈਨੂੰ ਕੋਈ ਡਾਲਰ ਨਹੀਂ ਦਿੱਤਾ। ਚੱਲ ਕੋਈ ਨਾ, ਅੱਜ ਤੂੰ ਸੋਹਣੀ ਲੱਗਦੀ, ਤੇਰੀ ਗਲਤੀ। ਆ ਜਾ ਇੱਕ ਪੱਪੀ ਦੇ ਦੇ। ਨਹੀਂ ਜੀ, ਮੇਰਾ ਕੰਮ ਰਹਿੰਦਾ। ਚੱਲ ਜੱਫੀ ਦੇ ਦੇ ਫਿਰ, ਇੱਕ ਜੱਫੀ। ਉਹ ਜੱਫੀ ਪਾਉਂਦਿਆਂ ਪਾਉਂਦਿਆਂ ਕਿਤੇ ਇੱਕ ਹੋਰ ਨਿਆਣਾ ਨਾ ਹੋ ਜਾਵੇ। ਸਰਦਾਰ ਜੀ, ਉਹ ਪੁੱਤ, ਉਹ ਤੇਰੀ ਜੀ। ਕੋਰੋਨਾ ਵਾਇਰਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਸਰਦਾਰ ਜੀ, ਉਹ ਕਿੱਦਾਂ ਸੋਹਣੀ ਏ, ਅੱਜ ਕੋਈ ਘਰੀ ਨਹੀਂ ਹੈ। ਉਹ ਸੱਚੀ ਮੁੱਚੀ ਮੇਰਾ ਚਿੱਤ ਕਰਦਾ ਫਨ ਕਰਨ ਦਾ। ਆ ਜਾ ਫਿਰ, ਮੈਨੂੰ ਤਾਂ ਚੇਤਾ ਹੀ ਨਹੀਂ ਪਿਛਲੀ ਵਾਰੀ ਅਸੀਂ ਕਦੋਂ ਕੀਤੀ ਸੀ। ਇੱਥੇ ਕਾਹਦੇ ਖੜੀ ਆ ਫਿਰ? ਆ ਜਾ। ਹਰਬੰਸ ਕੌਰ, ਤੈਨੂੰ ਕੌਂਡਮ ਵਾਲੀ ਸੀ ਬਿਮਾਰੀ ਲੱਗੀ ਆ, ਮੈਨੂੰ ਪਤਾ ਤੂੰ ਤੇ ਤੇਰਾ ਪਰਿਵਾਰ ਚਾਹੁੰਦਾ ਕਿ ਮੈਂ ਮਰ ਜਾਵਾਂ। ਤੇਰੇ ਸੜੇ ਹੋਏ ਪਿਓ ਨੇ ਤੈਨੂੰ ਭੇਜਿਆ ਹੋਣਾ। ਨਹੀਂ ਸਰਦਾਰ ਜੀ, ਇਹੀ ਚਾਹੁੰਦੀ ਆ ਤੂੰ? ਮੈਂ ਸੱਚੀ ਤੁਹਾਡੇ ਨਾਲ ਗੰਦੇ ਗੰਦੇ ਕੰਮ ਕਰਨਾ ਚਾਹੁੰਦੀ ਆ। ਸੱਚੀ ਮੁੱਚੀ, ਮੈਂ ਇੱਕ ਹੋਰ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਆ। ਤੂੰ ਇੱਕ ਛੱਡ, ਮੈਂ ਤਾਂ ਤੇਰੇ ਵਿੱਚ 10-10 ਬੱਚੇ ਪਾ ਦੂੰਗਾ। ਹਾਏ, ਬਾਤ ਹੋ ਜਾਣੇ ਜੀ। ਮੰਮੀ ਮੈਂ ਆ ਗਿਆ ਸਕੂਲੋਂ। ਖੁਦ ਆ ਗਿਆ ਸਕੂਲੋਂ, ਰੋਟੀ ਬਣਾ ਤੇਰੇ ਵਾਸਤੇ। ਹਾਂਜੀ ਸਰਦਾਰ ਜੀ। ਘਰੇ ਕੋਈ ਹੈਗਾ? ਨਹੀਂ। ਤੇਰਾ ਡੈਡੀ? ਉਹ ਪਾਰਕ ਤੇ ਗਿਆ। ਜਵਾਕ? ਉਹ ਵੀ ਪਾਰਕ ਤੇ। ਪਰ ਸਰਦਾਰ ਜੀ, ਸਰਦਾਰ ਜੀ ਕੀ ਹੋਇਆ? ਦੂਰ ਰਹੋ ਮੇਰੇ ਤੋਂ। ਕਾਹਤੋਂ? ਕੋਮਾ ਵਾਇਰਸ ਹੋ ਜਾਣਾ ਭੈਂਦੀ। ਕਰੋਨਾ ਹੈ ਨਾ ਕਿ ਕੋਮਾ? ਕੋ ਕਰੋਨਾ ਅੱਗੋ। ਪਹਿਲਾ ਸਾਲਾ ਤੇਰਾ ਪਿਓ ਨੀ ਕਰਨ ਦਿੰਦਾ, ਫਿਰ ਸਾਡਾ ਜਵਾਕ ਨੀ ਕਰਨ ਦਿੰਦਾ, ਹੁਣ ਸਾਲੇ ਕਰੋਨੇ ਨੇ ਮੇਰਾ ਲਹੂ ਪੀਤਾ ਵਾ। ਕੋ ਕਰੋਨਾ ਅੱਗੋ ਭੈਣ ਜੀ ਆ ਗਿਆ। ਕੋ ਕਰੋਨਾ ਅੱਗੋ, ਕੋ ਕਰੋਨਾ ਅੱਗੋ।